ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਮੁੱਚੀ TV84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਆਪ ਨੇ ਦੋ ਬਹੁਤ ਹੀ ਅਹਿਮ ਤੇ ਜਾਣਕਾਰੀ ਭਰਪੂਰ ਵਿਸ਼ਿਆਂ ਤੇ ਚਾਨਣਾ ਪਾਇਆ ਜੋ ਕਿ ਕਿਸੇ ਵੀ ਬੁੱਧੀਜੀਵੀ ਜਾਂ ਵਿਦਵਾਨ ਦਾ ਧਿਆਨ ਇਸ ਵੱਲ ਨਹੀਂ ਗਿਆ। ਆਪ ਜੀ ਨੇ ਗੀਤਾ ਨੂੰ ਆਧਾਰ ਬਣਾ ਕੇ ਅਹਿੰਸਾ ਤੇ ਹਿੰਸਾ ਦੀ ਜੋ ਪੋਲ ਖੋਲੀ ਹੈ ਉਸ ਤੋਂ ਹਿੰਦੂ ਤਵੀਆਂ ਤੇ ਗਾਂਧੀਵਾਦੀਆਂ ਦਾ ਝੂਠ ਮੰਜ਼ਰੇ ਆਮ ਹੋ ਗਿਆ ਹੈ ਤੇ ਦੂਜਾ ਅੰਗਰੇਜ਼ਾਂ ਦੇ ਜੁੱਤੀ ਚੱਟ ਰਵਿੰਦਰ ਨਾਥ ਟੈਗੋਰ ਦੀ ਅਸਲੀਅਤ ਜਗਜਾਰ ਕੀਤੀ ਹੈ। ਆਫਰੀਨ। ਮੇਰੇ ਦਿਮਾਗ ਵਿੱਚ ਇੱਕ ਸਵਾਲ ਬਹੁਤ ਹੀ ਦੇਰ ਤੋਂ ਘੁੰਮ ਰਿਹਾ ਹੈ ਕਿ ਸਿੱਖਾਂ ਦੇ ਧੀਆਂ ਪੁੱਤ ਜਦੋਂ ਖਾੜਕੂ ਬਣਦੇ ਸੀ ਉਹ ਉਸ ਵਕਤ ਚੰਗੇ ਸੀ ਜਾਂ ਹੁਣ ਜਦੋਂ ਉਹ ਨਸ਼ਈ, ਲੁਟੇਰੇ, ਡਾਕੂ ਜਾਂ ਅਮਲੀ ਬਣਦੇ ਨੇ? ਸਾਡੀ ਕੌਮ ਦੀ ਤ੍ਰਾਸਦੀ ਇਹ ਹੈ ਕਿ ਸਿੱਖਾਂ ਨੂੰ ਆਪਣੇ ਆਪ ਨੂੰ ਸਿੱਖ ਸਾਬਤ ਕਰਨਾ ਹਿੰਦੂ ਸਾਮਰਾਜ ਵਿੱਚ ਕਿੰਨਾ ਮੁਸ਼ਕਲ ਹੋਇਆ ਪਿਆ ਹੈ। ਫਿਰ ਵੀ ਸਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਖਾਲਿਸਤਾਨ ਤੋਂ ਬਿਨਾਂ ਅਸੀਂ ਗਰਕ ਜਾਵਾਂਗੇ? ਇਸ ਉਮੀਦ 'ਤੇ ਕਿ ਗੁਰੂ ਆਪਣੀ ਕੌਮ ਦੀ ਆਪ ਬਾਂਹ ਫੜੇ ਅਤੇ ਆਪ ਜੀ ਨੂੰ ਹੋਰ ਵੀ ਉੱਦਮ ਅਤੇ ਤਾਕਤ ਬਖਸ਼ੇ ਤਾਂ ਜੋ ਤੁਸੀਂ ਸੁੱਤੀ ਕੌਮ ਨੂੰ ਹਲੂਣਾ ਦਿੰਦੇ ਰਹੋ। ਵਾਹਿਗੁਰੂ ਆਪ ਨੂੰ ਅਤੇ TV84 ਦੀ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ, ਜ਼ਿੰਦਾਬਾਦ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਬਹੁਤ ਸੋਹਣੀ ਪੰਜਾਬੀ 'ਚ ਟਾਈਪ ਕਰਦੇ ਨੇ ਜੀ, ਔਰ ਰੋਜ਼ਾਨਾ ਬਹੁਤ ਸਾਰੀਆਂ ਸਟੋਰੀਜ਼ ਸਾਨੂੰ ਉਹ ਭੇਜਦੇ ਨੇ। ਦਿਨੇ ਰਾਤ ਜਾਗਦੇ ਰਹਿੰਦੇ ਨੇ, ਕਿਤੇ ਹੋਏ ਅੱਧੇ ਘੰਟੇ ਬਾਅਦ ਹੀ ਕਰ ਦਿੰਦੇ ਨੇ ਕਿ ਆਹ ਖਬਰ ਹੁਣੇ ਆਈ ਹੈ ਜੀ। ਉਹਨਾਂ ਨੇ ਜਿਹੜਾ ਦੋ ਸਬਜੈਕਟਸ ਜਿਹਦੇ ਉੱਤੇ ਅਸੀਂ ਡਿਸਕਸ ਕੀਤਾ ਇਸ ਪ੍ਰੋਗਰਾਮ 'ਚ ਵੀ, ਔਰ ਖਾਸ ਤੌਰ 'ਤੇ ਰਵਿੰਦਰ ਨਾਥ ਟੈਗੋਰ ਦੇ ਹਵਾਲੇ ਨਾਲ, ਤਾਂ ਗੁਰਤੇਜ ਸਿੰਘ ਸਿੱਖ ਸਕਾਲਰ ਚੰਡੀਗੜ੍ਹ ਬੇਸਡ ਨੇ, ਉਹਨਾਂ ਦੇ ਨਾਲ TV84 ਨਿਊਜ਼ 'ਤੇ ਫੁੱਲ ਸਕੇਲ ਇੰਟਰਵਿਊ ਵੀ ਹੋਇਆ। ਔਰ ਇਨਫੈਕਟ ਸੋਰਸ ਤਾਂ ਉਹੀ ਨੇ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ, ਜਿਹੜਾ ਦੇਖੋ ਕਈ ਵਾਰ ਜਿਹੜਾ ਕੋਈ ਪਾਪੂਲਰ ਕਲਟ ਜਿਹਦੇ ਦੁਆੜੇ ਬਣ ਜਾਏ ਉਹਨੂੰ ਚੈਲੇਂਜ ਕਰਨਾ ਸੌਖਾ ਨਹੀਂ ਹੁੰਦਾ। ਹੁਣ ਇਹਨੂੰ ਤੁਸੀਂ ਕੋਇਨਸੀਡੈਂਸ ਕਹੋ ਜਾਂ ਇਸ ਨੂੰ ਜਿਹੜਾ ਜੋਕ ਕਹੋ ਕਿ ਜਿਹੜੇ ਟੈਗੋਰ ਨੇ ਜਾਰਜ ਪੰਚਮ ਦੀ ਆਮਦ ਦੇ ਉੱਤੇ ਜਨ ਗਨ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਯ ਵਿਧਾਤਾ, ਉਹ ਭਾਰਤ ਭਾਗਯ ਵਿਧਾਤਾ ਕਿਹਾ, ਉਹ ਇੱਧਰ ਵੀ ਉਹੀ ਨੈਸ਼ਨਲ ਐਂਥਮ ਬਣਾ ਦਿੱਤਾ ਇਹਨਾਂ ਨੇ। ਔਰ ਦੂਜੇ ਪਾਸੇ ਜਿਸ ਬੰਗਾਲ 'ਚੋਂ ਕਦੇ ਸਭ ਤੋਂ ਪਹਿਲਾਂ ਸੌਰ ਵਰਦੀ ਜਿਹਨੇ ਪਾਕਿਸਤਾਨ ਦਾ ਮਤਾ ਲਿਆਂਦਾ, ਬੰਗਾਲੀ ਪੂਰੇ ਸਭ ਤੋਂ ਅੱਗੇ ਸੀ ਪਾਕਿਸਤਾਨ ਬਣਾਉਣ ਦੇ ਲਈ, ਬਾਅਦ ਦੇ ਵਿੱਚ ਉਹ ਪੂਰਬੀ ਪਾਕਿਸਤਾਨ ਬਣਿਆ। 1971 ਦੇ ਵਿੱਚ ਇੰਦਰਾ ਗਾਂਧੀ ਨੇ ਫੌਜ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਤੋੜਿਆ, ਪੂਰਬੀ ਪਾਕਿਸਤਾਨ ਬੰਗਲਾਦੇਸ਼ ਬਣ ਗਿਆ। ਔਰ ਉਸ ਬੰਗਲਾਦੇਸ਼ ਨੇ ਵੀ ਰਵਿੰਦਰਨਾਥ ਟੈਗੋਰ ਦਾ ਹੀ ਲਿਖਿਆ ਅਮਾਰ ਸੋਨਾਰ ਬੰਗਲਾ ਆਪਣਾ ਰਾਸ਼ਟਰੀ ਗੀਤ ਬਣਾਇਆ ਹੈ ਜੀ। ਸੋ ਜਿੱਥੇ ਦੋਨੋਂ ਪਾਸੇ ਉਹ ਉਹਨਾਂ ਦੇ ਨੈਸ਼ਨਲ ਸੌਂਗਸ ਦਾ ਲਿਖਾਰੀ ਹੈ, ਔਰ ਟੈਗੋਰ ਦਾ ਸਟੈਟਸ ਬੰਗਾਲੀਆਂ ਦੇ ਹਵਾਲੇ ਨਾਲ ਇਵੇਂ ਹੀ ਹੈ ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਮਰਾਠੇ ਜਿਹੜੇ ਨੇ, ਜੇ ਤੁਸੀਂ ਸ਼ਿਵਾਜੀ, ਹੁਣ ਸ਼ਿਵਾਜੀ ਦੀ ਹਕੀਕਤ ਉਹ ਨਹੀਂ ਹੈ ਬਹੁਤ ਸਾਰੀ ਜਿਹੜੀ ਕਿ ਪ੍ਰੈਜੈਂਟ ਕੀਤੀ ਜਾਂਦੀ ਹੈ, ਉਸਨੇ ਜਿਹੜਾ ਉਹਦੇ ਨਾਲ ਬੇਸਿਕਲੀ ਇੱਕ ਲੁਟੇਰਾ ਵਰਡ ਸ਼ੁਰੂ ਤੋਂ ਹੀ ਰਿਹਾ, ਔਰ ਉਹਦੇ 'ਚ ਬੇਸ਼ੱਕ ਅੱਜ ਉਹਨੂੰ ਹਿੰਦੂ ਨੈਸ਼ਨਲਿਸਟ ਦੇ ਤੌਰ 'ਤੇ ਉਭਾਰਿਆ ਜਾਏ, ਬਟ ਫੈਕਟ ਇਹ ਹੈ ਕਿ ਉਹਦੀ ਫੌਜ ਦਾ ਬਹੁਤ ਸਾਰਾ ਹਿੱਸੇ ਦੇ ਵਿੱਚ ਮੁਸਲਮਾਨ ਵੀ ਸ਼ਾਮਿਲ ਸੀ, ਅਤੇ ਬਹੁਤ ਵਾਰੀ ਉਹਨੇ ਜਿਹੜੇ ਹਿੰਦੂ ਸੇਠ ਜਾਂ ਉਹਨਾਂ ਦੀਆਂ ਰਿਆਸਤਾਂ ਸੀ ਉਹਨਾਂ ਨੂੰ ਵੀ ਜਿਹੜਾ ਲੁੱਟਿਆ ਚੰਗੀ ਤਰ੍ਹਾਂ, ਕਿਉਂਕਿ ਉਹਦਾ ਮਕਸਦ ਤਾਂ ਭਾਵੇਂ ਉਹਨੇ ਮਰਾਠਿਆਂ ਨੂੰ ਇੰਪਾਵਰਮੈਂਟ ਦਿੱਤੀ, ਪਰ ਉਹਦੇ 'ਚ ਜਿਵੇਂ ਅੱਜ ਉਹਨੂੰ ਹਿੰਦੂ ਵਿਜ਼ਨ ਜਾਂ ਹਿੰਦੂਤਵਾ ਦਾ ਬਣਾ ਕੇ ਜਿਸ ਤਰੀਕੇ ਦੇ ਨਾਲ ਇਹ ਪ੍ਰੈਜੈਂਟ ਕਰਦੇ ਨੇ, ਉਹਨਾਂ ਦਾ ਆਪਣਾ ਇੰਟਰਸਟ ਮਰਾਠਿਆਂ ਤੱਕ ਹੀ ਰਿਹਾ। ਔਰ ਬਾਲ ਠਾਕਰੇ ਭਾਵੇਂ ਅੱਜ ਦੀ ਸ਼ਿਵ ਸੈਨਾ BJP ਦੀ ਪਿਛਲਗ ਬਣੀ ਹੋਈ ਹੈ ਪੂਰੀ ਤਰ੍ਹਾਂ, ਔਰ ਬਾਲ ਠਾਕਰੇ ਨੇ ਇਹ ਚੇਂਜ ਲਿਆਉਂਦੀ ਸੀ, ਪਰ ਬਾਲ ਠਾਕਰੇ ਤਾਂ ਆਪਣੇ ਕਹਿਣ ਮੁਤਾਬਕ ਹੀ ਨਾਸਤਕ ਸੀ, ਉਹ ਕੋਈ ਕਿਸੇ ਹਿੰਦੂਤਵ ਧਾਰਾ ਦੇ ਵਿੱਚ ਯਕੀਨ ਰੱਖਣ ਵਾਲਾ ਨਹੀਂ ਸੀ, ਪਰ ਕਿਉਂਕਿ ਪੋਲੀਟੀਕਲ ਪਾਵਰ ਕਲਿੰਗ ਕਰਨ ਦੇ ਲਈ ਜੇ ਫਿਰ ਵੱਡਾ ਤਿਲਕ ਲਾਉਣਾ ਪਿਆ, ਹਿੰਦੂਤਵੀਆਂ ਦਾ ਸਹਾਰਾ ਲੈਣਾ ਪਿਆ, ਅਤੇ ਉਹਨਾਂ ਨੇ ਲਿਆ। ਸੋ ਜੇ ਉੱਥੇ ਭਾਰਤ ਦੇ ਨਕਸ਼ੇ ਦੇ ਵਿੱਚ ਸ਼ਿਵਾਜੀ ਦੇ ਅਗੇਂਸਟ ਬੋਲਣ ਦਾ ਮਤਲਬ ਹੈ ਕਿ ਮਰਾਠੇ ਤੁਹਾਨੂੰ ਘਰ ਤੱਕ ਆਉਣਗੇ ਤੁਹਾਡੇ 'ਤੇ ਹਮਲਾ ਕਰਨ ਲਈ, ਔਰ ਇਸੇ ਤਰ੍ਹਾਂ ਬੰਗਾਲੀਆਂ ਨੇ ਦੋਨੋਂ ਪਾਸੇ ਦੇ ਬੰਗਾਲੀ, ਜੇ ਬੰਗਲਾਦੇਸ਼ ਦਾ ਵੀ ਰਾਸ਼ਟਰੀ ਗੀਤ ਲਿਖਣ ਵਾਲਾ ਉਹ ਹੈ, ਅਤੇ ਉੱਥੇ ਤਾਂ ਉਹ ਇਸ ਕਿਸਮ ਦੇ ਨੇ ਵੀ ਉਹਨਾਂ ਵੱਲ ਤਾਂ ਤੁਸੀਂ ਅੱਖ ਚੁੱਕ ਕੇ ਦੇਖ ਹੀ ਨਹੀਂ ਸਕਦੇ, ਉਹ ਗਲਤ ਹੋ ਹੀ ਨਹੀਂ ਸਕਦੇ ਉਹਨਾਂ ਦੇ ਕਹਿਣ ਮੁਤਾਬਕ। ਔਰ ਗਾਂਧੀ ਨੇ ਜਿਹੜਾ ਉਹਨੂੰ ਟੈਗੋਰ ਨੂੰ ਗੁਰੂਦੇਵ ਹਮੇਸ਼ਾ
ਤਾਂ ਹੀ ਕਈ ਵਾਰੀ ਟੈਗੋਰ ਦੀਆਂ ਤੁਸੀਂ ਪਿਕਚਰ ਦੇਖੋ ਥੱਲੇ ਗੁਰੂਦੇਵ ਰਵਿੰਦਰਨਾਥ ਟੈਗੋਰ, ਕਿਉਂਕਿ ਗੁਰੂਦੇਵ ਉਹਨੇ ਬਣਾਇਆ ਹੋਇਆ ਸੀ ਹਿੰਦੂਤਵਾਦ ਆਈਡੀਆਲੋਗ। ਪਰ ਮੈਂ ਸਮਝਦਾ ਹਾਂ ਵੀ ਗੁਰਤੇਜ ਸਿੰਘ ਹੋਰਾਂ ਨੇ ਬੜੀ ਹਿੰਮਤ ਦੇ ਨਾਲ ਔਰ ਵੈਲ ਰੀਸਰਚ, ਕਿਉਂਕਿ ਉਹ ਸਕਾਲਰ ਨੇ, ਕੋਈ ਵੀ ਗੱਲ ਬਿਨਾਂ ਤੱਥਾਂ ਤੋਂ ਨਹੀਂ ਕਰਦੇ, ਉਹਨਾਂ ਨੇ ਉਹ ਸਾਰੀਆਂ ਨਜ਼ਮਾਂ ਵੀ ਟੈਗੋਰ ਦੀਆਂ, ਫਿਰ ਉਸ ਦੇ ਉੱਤੇ ਸਿੱਖਾਂ ਦੀ ਕਾਮੈਂਟਰੀ ਜਾਂ ਸਿੱਖ ਪਰਸਪੈਕਟਿਵ ਕੀ ਹੈ ਉਸ ਨੂੰ ਹਾਈਲਾਈਟ ਕੀਤਾ। ਸੋ ਇਹ ਉਹਨਾਂ ਦਾ ਪਾਰਟ ਹੈ ਜਿਹਨੂੰ ਅਸੀਂ ਥੋੜ੍ਹਾ ਬਹੁਤ ਆਪਣੇ ਵੀ ਡਿਸਕਸ ਕੀਤਾ ਜੀ। ਅਖੀਰ 'ਚ ਉਹਨਾਂ ਨੇ ਜਿਹੜਾ ਬਾਕੀ ਗੀਤਾ, ਇਹ ਜ਼ਰੂਰ ਹੈ ਇਹ ਵੀ ਇੱਕ ਅੱਛਾ ਆਰਟੀਕਲ ਸੀ ਕ੍ਰਿਸਚਨ ਰਾਈਟਰ ਦਾ, ਹਾਲਾਂਕਿ ਇਹ ਗੱਲ ਕਈ ਵਾਰੀ ਆਉਂਦੀ ਵੀ ਹੈ ਕਿ ਵੀ ਗੀਤਾ ਤਾਂ ਨਿਕਲੀ ਜੰਗ ਦੇ ਮੈਦਾਨ 'ਚ ਹਥਿਆਰ ਚੁੱਕਣ ਦੀ ਪ੍ਰੇਰਣਾ ਦਿੱਤੀ ਹੈ, ਅਤੇ ਗਾਂਧੀ ਵਰਗਾ ਬੰਦਾ ਜਿਹੜਾ ਅਦਰਵਾਈਜ਼ ਦਸਵੇਂ ਪਾਤਸ਼ਾਹ ਲਈ ਅਪਸ਼ਬਦ ਇਸਤੇਮਾਲ ਕਰਦਾ ਹੈ, ਹਿੰਸਾ ਨੂੰ ਸਾਰੀਆਂ ਬਿਮਾਰੀਆਂ ਦੀ ਉਹ ਜੜ੍ਹ ਦੱਸਦਾ, ਪਰ ਦੂਜੇ ਪਾਸੇ ਉਹ ਗੀਤਾ ਨੂੰ ਜਿਹੜਾ ਉਹ ਆਪਣੀ ਪ੍ਰੇਰਣਾ ਦੱਸਦਾ ਵੀ ਗੀਤਾ 'ਚੋਂ ਤਾਂ ਚਰਖਾ ਕਤਰਾ ਨਹੀਂ ਨਿਕਲਦਾ, ਨਾ ਤਾਂ ਕ੍ਰਿਸ਼ਨ ਨੇ ਚਰਖਾ ਕੱਤਿਆ, ਉਹ ਵੀ ਰਾਜਾ ਸੀ, ਆਪਣੀ ਰਿਆਸਤ ਵੀ ਉਹਨੇ ਜਿਹੜੀ ਆ ਉਹਦਾ ਵੀ ਉਹ ਰਾਜ ਕਰਦਾ ਸੀ, ਔਰ ਮਹਾਂਭਾਰਤ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਉਹਦਾ ਰੋਲ ਸੀ ਔਰ ਅਰਜਨ ਨੂੰ ਹਥਿਆਰ ਚੁਕਾਉਣ 'ਚ। ਸੋ ਗੁਡਸੇ ਨੇ ਰਿਪੀਟਡਲੀ ਕੋਟ ਕੀਤਾ ਆਪਣੇ ਟ੍ਰਾਇਲ 'ਚ ਕਿ ਵੀ ਹੁਣ ਇੱਕ ਪਾਸੇ ਮੈਂ ਕਿਹਾ ਵੀ ਇਹ ਪਹਿਲਾਂ ਫੈਸਲਾ ਕਰ ਲਓ ਗੀਤਾ ਹਿੰਸਾ ਪੜ੍ਹਾਉਂਦੀ ਹੈ ਕਿ ਅਹਿੰਸਾ ਪੜ੍ਹਾਉਂਦੀ ਹੈ, ਕਿ ਵੀ ਜੇ ਸੁਸ਼ਮਾ ਸਵਰਾਜ ਕਹਿੰਦੀ ਰਾਸ਼ਟਰੀ ਗ੍ਰੰਥ ਬਣਾਓ, ਮੋਦੀ ਚੁੱਕ ਕੇ ਸਭ ਨੂੰ ਓਬਾਮਾ ਨੂੰ ਵੀ ਗੀਤਾ ਫੜਾ ਗਿਆ, ਵੀ ਚੁੱਕੇ ਉੱਤੇ ਰੱਖ ਦਿੱਤੀ ਹੋਣਾ, ਔਰ ਬਾਕੀਆਂ ਨੂੰ ਵੀ ਆਸਟ੍ਰੇਲੀਆ ਗਿਆ, ਜਪਾਨ ਗਿਆ, ਪਹਿਲਾਂ ਡਿਸਾਈਡ ਕਰ ਲਓ ਕਿ ਗੀਤਾ 'ਚੋਂ ਵਾਇਲੈਂਸ ਨਿਕਲਦੀ ਹੈ ਕਿ ਨੋਨ ਵਾਇਲੈਂਸ ਨਿਕਲਦੀ ਹੈ ਜੀ। ਉੱਤੇ ਅਖੀਰ 'ਚ ਉਹਨਾਂ ਨੇ ਜਿਵੇਂ ਕਿਹਾ ਕਿ ਭਾਈ ਇੱਕ ਦੌਰ ਜਿਹੜਾ ਸਿੱਖਾਂ ਦੇ ਪੁੱਤ ਅਣਖ ਦੇ ਲਈ ਖਲੋਤੇ ਆਪਣੀ ਆਜ਼ਾਦੀ ਦੇ ਲਈ, ਭਾਵੇਂ ਉਹਨਾਂ ਨੂੰ ਸ਼ਹੀਦੀਆਂ ਮਿਲੀਆਂ, ਪਰ ਅੱਜ ਉਹੀ ਜਨਰੇਸ਼ਨ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਨਸ਼ਈ, ਧਾੜਵੀ ਔਰ ਡਾਕੂ, ਲੁਟੇਰੇ ਇਹ ਬਣਾ ਕੇ ਰੱਖ ਦਿੱਤੇ। ਸੋ ਦੇਖੋ ਪਹਿਲੀ ਗੱਲ ਤਾਂ ਪਹਿਲੀ ਸਟੇਜ 'ਤੇ ਵੀ ਇਹ ਨਹੀਂ ਹੈ ਕਿ ਉਹ ਕੋਈ ਟ੍ਰਿਗਰ ਹੈਪੀ ਸੀ ਜਾਂ ਉਹਨਾਂ ਦਾ ਮਕਸਦ ਸਿਰਫ ਸ਼ੌਕੀਆ ਹਥਿਆਰ ਰੱਖਣਾ ਸੀ, ਚੁੱਕਣਾ ਸੀ, ਉਹ ਆਜ਼ਾਦੀ ਦੇ ਪਰਵਾਨੇ ਸੀ ਔਰ ਆਜ਼ਾਦੀ ਸ਼ਮਾ ਦੇ ਲਈ। ਹੁਣ ਸ਼ਮਾ ਪਰਵਾਨਾ ਵੀ ਇੱਕ ਅਲੰਕਾਰ ਹੈ ਜਿਹੜਾ ਇਸਤੇਮਾਲ ਹੁੰਦਾ ਹੈ ਕਿ ਵੀ ਜਿਹੜੇ ਪਰਵਾਨੇ ਨੇ, ਜਿਵੇਂ ਜਿੱਥੇ ਸ਼ਮਾ ਰੋਸ਼ਨੀ ਨੂੰ ਕਹਿੰਦੇ ਨੇ, ਭਾਵੇਂ ਜਿਹੜੇ ਪਰਵਾਨੇ ਜੇ ਤੁਸੀਂ ਪੋਇਟਰੀ 'ਚ ਪੜ੍ਹੋ ਤਾਂ ਲੰਬਾ ਚੌੜਾ ਤਾਂ ਲੱਗਦਾ ਤਾਂ ਭਮੱਕੜ ਹੀ ਨੇ ਜਿਹੜੇ ਆ ਕੇ ਵਿੱਚ ਵੱਜਦੇ ਨੇ ਜੀ, ਹੁਣ ਭਾਵੇਂ ਅੱਖਾਂ ਤੋਂ ਨਹੀਂ ਨਜ਼ਰ ਆਉਂਦਾ, ਉਹਦੇ 'ਤੇ ਅਸੀਂ ਕਹਾਣੀਆਂ ਜੋ ਮਰਜ਼ੀ ਬਣਾਈਏ, ਪਰ ਕਿਉਂਕਿ ਇੱਕ ਅਲੰਕਾਰ ਹੈ, ਮੈਟਾਫਰ ਹੈ ਕਿ ਜਿਹੜਾ ਜਿਸ ਚੀਜ਼ ਦੀ ਲੈ ਕੇ ਚਾਹੁੰਦਾ ਆਜ਼ਾਦੀ, ਕਿ ਵੀ ਅਸੀਂ ਆਜ਼ਾਦੀ ਲੈਣੀ ਹੈ, ਉਹਦੇ ਲਈ ਆਪਣੇ ਬਾਕੀ ਸਾਰੇ ਸੁੱਖ ਜਿਹੜੇ ਨੇ ਉਸ ਨੂੰ ਤਾਕ 'ਤੇ ਰੱਖ ਦਿੰਦੇ ਨੇ, ਆਪਣਾ ਘਰ ਬਾਰ ਛੱਡਦੇ ਨੇ, ਆਪਣਾ ਪਰਿਵਾਰ ਦਾ ਮੋਹ ਛੱਡਦੇ ਨੇ, ਆਪਣੇ ਜੀਵਨ ਦਾ ਮੋਹ ਛੱਡਦੇ ਨੇ, ਕਿਉਂਕਿ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਜਾਂ ਆਜ਼ਾਦੀ ਦੇ ਰਸਤੇ ਦੇ ਪਾਂਧੀ ਨੇ, ਉਹਨਾਂ ਦੇ ਲਈ ਜਿਹੜੀ ਉਹਨਾਂ ਦੀ ਦੁਲਹਨ ਹੈ, ਉਹਨਾਂ ਦੀ ਵਾਟੀ ਹੈ, ਉਹ ਆਜ਼ਾਦੀ ਹੈ ਜੀ, ਅਤੇ ਜਿਹੜੇ ਫਿਰ ਉਹਨਾਂ 'ਚੋਂ ਫੜੇ ਜਾਂਦੇ ਨੇ ਉਹਨਾਂ ਦੇ ਲਈ ਉਹ ਦੁਲਹਨ, ਉਹ ਵਾਟੀ, ਉਹ ਉਹਨਾਂ ਦਾ ਜੀਵਨ, ਉਹ ਸ਼ਹਾਦਤ ਹੁੰਦੇ ਜੀ। ਔਰ ਇਸ ਲਈ ਜਦੋਂ ਅਸੀਂ ਜਿੰਦੇ ਸੁੱਖੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਅਖੀਰਲੀ ਇੱਛਾ ਕਹੀ ਕਿ ਭਾਈ ਇਹ ਜਲਾਦ ਜਿਹੜਾ ਇਹ ਸਾਡਾ ਮੌਤ ਲਾੜੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਔਰ ਅਸੀਂ ਇਹਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦੇ। ਸੋ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਕਿਹਾ ਕਿ ਭਾਈ ਜਦੋਂ ਅਸੀਂ ਫਾਂਸੀ ਦੇ ਤਖ਼ਤੇ ਵੱਲ ਜਾ ਰਹੇ ਹੋਈਏ ਤਾਂ ਤੁਸੀਂ ਜਿਹੜੇ ਨੇ ਸੁਹਾਗ ਦੇ ਗੀਤ ਪੜ੍ਹਨੇ ਨੇ ਔਰ ਤੁਸੀਂ ਉਸ ਨੂੰ ਸੈਲੀਬ੍ਰੇਟ ਕਰਨਾ, ਲੱਡੂ ਕਿੰਨੇ ਕੁ ਆਰਡਰ ਕੀਤੇ ਕਿ ਇਹ ਵੰਡਣੇ ਨੇ ਕਿ ਅਸੀਂ ਮੌਤ ਲਾੜੀ ਨੂੰ ਵਿਆਹ ਰਹੇ। ਸੋ ਇਹ ਜਿਹੜਾ ਆਜ਼ਾਦੀ ਦਾ ਰਸਤਾ ਹੈ ਉਸ ਬਾਰੇ ਹੀ ਮੈਂ ਅਕਸਰ ਇਹ ਸ਼ੇਅਰ ਕੋਟ ਕਰਦੇ ਕਿ ਜਿਸ ਸ਼ਾਨ ਸੇ ਕੋਈ ਮੁਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ, ਇਹ ਜਾਂ ਤੋ ਆਨੀ ਜਾਣੀ ਹੈ, ਇਹ ਸ਼ਾਨ ਹੈ। ਸੋ ਉਦੋਂ ਵੀ ਉਹਨਾਂ ਦੇ ਮਨ 'ਚ ਸਿਰਫ ਮਰਨ ਦਾ ਚਾਹਨਾ ਨਹੀਂ ਸੀ ਕਿ ਉਹ ਮਰਨਾ ਚਾਹੁੰਦੇ ਸੀ, ਖਾੜਕੂ ਇਸ ਲਈ ਬਣੇ, ਉਹ ਆਜ਼ਾਦੀ ਦੇ ਪਰਵਾਨੇ ਸੀ, ਉਹ ਆਜ਼ਾਦੀ ਚਾਹੁੰਦੇ ਸੀ। ਅਤੇ ਅੱਜ ਜਿਨ੍ਹਾਂ ਨੂੰ ਨਸ਼ਈ, ਧੜਵਈ, ਡਕੈਤ ਇਹ ਸਭ ਕੁਛ ਬਣਾ ਦਿੱਤੇ, ਇਹ ਉਹਨਾਂ ਨੇ ਹੀ ਬਣਾਇਆ ਜਿਨ੍ਹਾਂ ਨੂੰ ਡਰ ਸੀ ਕਿ ਬਈ ਇਹ ਆਜ਼ਾਦੀ ਦੇ ਪਰਵਾਨਿਆਂ ਦੀ ਇਹ ਸਿਰਾਂ ਦੀ ਫਸਲ ਜਿੱਥੇ ਖੂਨ ਡੁੱਲਦਾ। ਜਦੋਂ ਅਸੀਂ ਤੁਰਕਾਂ ਦੇ ਯਾਸਾ ਵਰਗੇ ਇਹਨਾਂ ਦੇ ਜਿਹੜੇ ਟ੍ਰਾਈਬਲ ਲਾਅ ਹੈ ਉਹਨਾਂ ਬਾਰੇ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਉਹ ਇਸ ਲਈ ਇਸ ਕਿਸਮ ਦੀਆਂ ਸਜ਼ਾਵਾਂ ਨਾਲ ਮਾਰਦੇ ਸੀ ਕਿ ਜ਼ਮੀਨ ਦੇ ਉੱਤੇ ਖੂਨ ਨਾ ਡੁੱਲੇ, ਔਰ ਕਹਿੰਦੇ ਸੀ ਕਿਉਂਕਿ ਜਿਹੜਾ ਧਰਮੀ ਬੰਦਾ ਜੇ ਉਹਦਾ ਖੂਨ ਡੁੱਲੇਗਾ ਅਤੇ ਸਿਰਾਂ ਦੀ ਫਸਲ ਉੱਗਦੀ ਹੈ, ਉਸ 'ਚੋਂ ਹੋਰ ਕਿੰਨੇ ਖਲੋਂਦੇ ਨੇ। ਸੋ ਉਹਨਾਂ ਨੇ ਦੇਖਦੇ ਹਾਂ ਕਿ ਵੀ ਇਹ ਤਾਂ ਇਹਨਾਂ ਦੀ ਸਿਰਾਂ ਦੀ ਫਸਲ ਮੁੱਕਦੀ ਨਹੀਂ ਹੈ, ਇਹ ਤਾਂ ਜਿੰਨਾ ਅਸੀਂ ਮਾਰਦੇ ਹਾਂ ਜਿਉਂ ਜਿਉਂ ਮਨ ਨੂੰ ਵੱਢਦਾ ਸੀ ਦੂਣ ਸਵਾਏ ਹੋਏ। ਸੋ ਉਹਨਾਂ ਨੇ ਇਸ ਨਸ਼ੇ ਔਰ ਇਸ ਦੌਰ ਵੱਲ ਤੋਰ ਦਿੱਤਾ,
ਪਰ ਮੈਂ ਸਮਝਦਾ ਕਿ ਵੀ ਇਹ ਠੀਕ ਹੈ ਵੀ ਇੱਕ ਵੱਡਾ ਹਿੱਸਾ ਅੱਜ ਸਾਡਾ ਗਫਲਤ ਦੇ ਵਿੱਚ ਹੈ, ਨੀਂਦ 'ਚ ਹੈ, ਪਰ ਅਸੀਂ ਉਹਨਾਂ ਨੂੰ ਵੀ ਸੈਲੀਬ੍ਰੇਟ ਕਰੀਏ ਕਿ ਜਿਹੜੇ ਇਸ ਸਭ ਦੇ ਬਾਵਜੂਦ ਇੰਨੇ ਹਥਿਆਰ ਦੁਸ਼ਮਣ ਦੇ ਜਿਹੜੇ ਪੱਥੇ 'ਚੋਂ ਚੱਲੇ ਨੇ ਔਰ ਚੱਲ ਰਹੇ ਨੇ, ਇਹਦੇ ਬਾਵਜੂਦ ਜਿਨ੍ਹਾਂ ਨੇ ਆਜ਼ਾਦੀ ਦਾ ਝੰਡਾ ਚੁੱਕਿਆ ਹੋਇਆ, ਜਿਹੜੇ ਕੌਮ ਦੀ ਆਜ਼ਾਦੀ ਦੇ ਲਈ ਦਿਨ ਰਾਤ ਇੱਕ ਕਰ ਰਹੇ ਨੇ, ਆਜ਼ਾਦੀ ਦੇ ਲਈ ਜਿਉਣਾ ਸ਼ਾਇਦ ਕਈ ਮਾਮਲਿਆਂ 'ਚ ਸ਼ਹਾਦਤ ਦਾ ਇੱਕ ਆਪਣਾ ਰੁਤਬਾ, ਉਸ ਨੂੰ ਤਾਂ ਕੋਈ ਸਵਾਲੀਆ ਨਿਸ਼ਾਨ ਉਸ 'ਤੇ ਨਹੀਂ ਲੱਗ ਸਕਦਾ, ਪਰ ਮੈਂ ਸਮਝਦਾ ਵੀ ਕੌਜ਼ ਲਈ ਜਿਉਣਾ ਕਈ ਹਾਲਤਾਂ ਸ਼ਾਇਦ ਮਰਨ ਨਾਲੋਂ ਵੀ ਔਖਾ ਹੁੰਦਾ, ਕਿਉਂਕਿ ਤੁਹਾਨੂੰ ਹਰ ਰੋਜ਼ ਮਰਨਾ ਪੈਂਦਾ, ਤੁਸੀਂ ਹਰ ਰੋਜ਼ ਤਾਣਿਆਂ ਮੀਣਿਆਂ ਦਾ ਸ਼ਿਕਾਰ ਹੁੰਦੇ ਹੋ, ਹਰ ਰੋਜ਼ ਡਿਫੀਕਲਟੀਜ਼ ਦਾ ਸ਼ਿਕਾਰ ਹੁੰਦੇ ਹੋ, ਆਰਥਿਕ ਮੰਦਹਾਲੀ 'ਚੋਂ ਲੰਘਦੇ ਹੋ, ਦੁਸ਼ਮਣ ਸਰਕਾਰਾਂ ਦੀਆਂ ਜੇਲ੍ਹਾਂ, ਕੈਦਾਂ, ਝੂਠੇ ਮੁਕੱਦਮੇ, ਇਹਨਾਂ ਸਾਰਿਆਂ 'ਚੋਂ ਗੁਜ਼ਰਦੇ ਹੋ, ਔਰ ਸਾਡੀ ਜਿਹੜੀ ਹੈ ਉਹ ਸੈਲਿਊਟ ਹੈ ਉਹਨਾਂ ਸਾਰਿਆਂ ਯੋਧਿਆਂ ਨੂੰ ਜਿਹੜੇ ਭਾਵੇਂ ਬੇੜੀਆਂ ਹੱਥਕੜੀਆਂ 'ਚ ਨੇ, ਹਵਾਰਿਆਂ ਵਰਗੇ, ਰਾਜੋਆਣਿਆਂ ਵਰਗੇ, ਤਾਰਿਆਂ ਵਰਗੇ, ਲੇਕਿਨ ਇਹਦੇ ਬਾਵਜੂਦ ਉਹ ਆਜ਼ਾਦੀ ਦੇ ਗੀਤ ਗਾਉਂਦੇ ਨੇ ਔਰ ਖਾਲਿਸਤਾਨ ਦੀ ਕਾਇਮੀ ਲਈ ਦ੍ਰਿੜ ਨੇ। ਸੋ ਇਹਨਾਂ ਦਾ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਹਾਂ ਕਮਰਸ਼ਲ ਬ੍ਰੇਕ ਤੋਂ ਬਾਅਦ।